पंजाबी रेडियो यूएसए सुन रहे सारे श्रोतियों नू राणी कालों वालों प्यार भरी सत श्री अकाल। वाहिगुरू जी का खालसा, वाहिगुरू जी की फतेह। अज असी फिर एक बार लाइव हो रहे हैं जी जूबा सिटी के बतालवी नगर कीर्तन के संबंध में। इतने जूबा सिटी असी सारी टीम साड़ी आई हुई है। परसों रोज़ तो सानू बहुत ज़्यादा साढ़े स्रोते सानू मिलन आए, बड़ी खुशी होंदी है जदों लाइव आण के सानू स्रोते मिलते आ, साडा हौसला वधाउंदे आ, ते बहुत मन नू खुशी होंदी आ। अज तकरीबन 2 साल ही तुसी कह सकते हैं करोने दी आफत तो बाद अज फिर इन्ना संगतां दा कट्ठ इत्थे देखण नू मिलिया जूबा सिटी दे विच। ते अज मेरा भी जी करदा वी लाइव हो के मैं तुहानू कुछ ना कुछ जरूर सुणावां, क्योंकि गुरु नानक देव जी पातशाह ने बहुत मेहर की आ जी, साडे सारे गुरुआं ने बहुत मेहर की आ कि फिर एक बारी संगतां दे विच भारी उत्साह देखण नू मिलिया, तंदुरुस्तियां देखण नू मिलियां, क्योंकि सारियां दे जदों चेहरे देखदे आ ते बहुत मन खुश हुंदा आ। मैं 2-4 लाइनां जरूर तुहाडे नाल सांझियां करूँगी जी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੇੜ ਮਰਦਾਨਿਆਂ ਰਬਾਬ ਦੀਆਂ ਤਾਰਾਂ, ਛੇੜ ਮਰਦਾਨਿਆਂ ਰਬਾਬ ਦੀਆਂ ਤਾਰਾਂ, ਜਾਣ ਪੱਤ ਚੜਾਉਣ ਜਗ ਤੇ ਬਹਾਰਾਂ। ਛੇੜ ਮਰਦਾਨਿਆਂ ਤ੍ਰਿਪਤਾ ਦਾ ਚੰਨ ਕਾਲੂ, ਰਾਏ ਦਾ ਦਲਾਰਾ ਏ, ਨਾਨਕੀ ਦਾ ਵੀਰ ਸਾਰੇ ਜਗ ਦਾ ਸਹਾਰਾ ਏ। ਜਿੰਦ ਆਪਣੀ ਮੈਂ ਉਹਦੇ ਚਰਨਾਂ ਤੋਂ ਵਾਰਾਂ, ਜਿੰਦ ਆਪਣੀ ਮੈਂ ਉਹਦੇ ਚਰਨਾਂ ਤੋਂ ਵਾਰਾਂ, ਜਾਣ ਪੱਤ ਚੜਾਉਣ ਜਗ ਤੇ ਬਹਾਰਾਂ। ਛੇੜ ਮਰਦਾਨਿਆਂ, ਸੱਚੀ ਗੱਲ ਆ ਕਿ ਦੇਖਣ ਨੂੰ ਇਸ ਵੇਲੇ ਮਿਲ ਰਿਹਾ ਕਿ ਵਾਕਿਆ ਹੀ ਜੂਬਾ ਸਿਟੀ ਦੇ ਵਿੱਚ ਬਹਾਰ ਆਈ ਹੋਈ ਹੈ। ਸੰਗਤ ਦਾ ਉਤਸ਼ਾਹ ਦੇਖ ਕੇ, ਇੰਨੀ ਭੀੜ ਦੇਖ ਕੇ ਤਾਂ ਬਹੁਤ ਹੀ ਸੋਹਣਾ ਲੱਗ ਰਿਹਾ ਆ। ਅਤੇ ਅੱਜ ਹੁਣ ਲਾਈਵ ਕਰਕੇ ਮੇਰਾ ਜੀ ਕਰ ਰਿਹਾ ਵੀ ਕੁਛ ਨਾ ਕੁਛ ਤੁਹਾਨੂੰ ਸੁਣਾ ਹੀ ਜਾਵਾਂ, ਕਿਉਂਕਿ ਕਹਿੰਦੇ ਹੁੰਦੇ ਆ ਕਿ ਜਦੋਂ ਕੋਈ ਵੀ ਕਿਸੇ ਦੇ ਵਿੱਚ ਆਰਟ ਹੁੰਦਾ ਆ ਉਹ ਤੋਂ ਰਹਿ ਨਹੀਂ ਹੁੰਦਾ, ਕਿਉਂਕਿ ਉਹ ਚਾਹੁੰਦਾ ਹੀ ਰਹਿੰਦਾ ਆ ਕਿ ਮੈਨੂੰ ਟਾਈਮ ਮਿਲੇ, ਮੌਕਾ ਮਿਲੇ ਅਤੇ ਮੈਂ ਕੁਛ ਨਾ ਕੁਛ ਸੰਗਤਾਂ ਦੇ ਰੂਬਰੂ ਕਰਾਂ। ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਹੁਤ ਪੁਰਾਣਾ ਗੀਤ ਨਰਿੰਦਰ ਬੀਬਾ ਜੀ ਹੋਣਾ ਦਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ ਜੀ, ਪਰ ਮੈਂ 2-2, 4-4 ਲਾਈਨਾਂ ਹੀ ਸਾਰੀਆਂ ਸੁਣਾਉਂਗੀ। ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਸੇਜ ਬਛਾਈ, ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਸੇਜ ਬਛਾਈ, ਸੀਨੇ ਨਾਲ ਤੇਗ ਲਾ ਲਈ ਜਦੋਂ ਜਦ ਪੁੱਤਰਾਂ ਦੀ ਆਈ। ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਸੇਜ ਵਛਾਈ, ਅਜੀਤ ਦੇ ਜੁਝਾਰ ਵੰਡੜੇ ਜੋਰਾ ਵਰ ਤੇ ਫਤਿਹ ਸਿੰਘ ਛੋਟੇ, ਤਾਰਿਆਂ ਨੇ ਰੋ ਕੇ ਪੁੱਛਿਆ ਕਿੱਥੇ ਗਏ ਨੇ ਜਿਗਰ ਦੇ ਟੋਟੇ, ਦੋ ਚਮ ਕੌਰ ਵਿੱਚ ਤੇ ਦੋਨਾਂ ਨੀਹਾਂ 'ਚ ਸ਼ਹੀਦੀ ਪਾਈ। ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਸੇਜ ਵਛਾਈ। ਅਤੇ ਜੀ ਸਰੋਤਿਓ, ਹੋਰ ਕੁਛ ਹੁਣ ਮੈਂ ਕੀ ਸੁਣਾਵਾਂ, ਕਿਉਂਕਿ ਮੈਨੂੰ ਖੁਸ਼ੀ ਇੰਨੀ ਹੋ ਰਹੀ ਆ ਕਿ ਮੈਨੂੰ ਪਤਾ ਨਹੀਂ ਲੱਗ ਰਿਹਾ। ਦੋ ਬੜੀਆਂ ਕੀਮਤੀ ਜਿੰਦਾਂ ਨੀਹਾਂ ਵਿੱਚ ਆਣ ਖਲੋ ਗਈਆਂ, ਇਹ ਤੱਕ ਕਿ ਤਸੀਹਾ ਗਮ ਦਾ ਕੰਧਾਂ ਵੀ ਪਾਗਲ ਹੋ ਗਈਆਂ, ਕੰਧਾਂ ਵੀ ਪਾਗਲ ਹੋ ਗਈਆਂ। ਮਾਤਾ ਗੁਜਰੀ ਜਲਾਦ ਨੂੰ ਭੋਲੀ
खेलो बच्चियां दे खून च होली, नेकी दियां खुल किताबां, बुरियां दी जान नूर हो गईयां। ए तक के तसी हा गम दा कंधा भी पागल हो गईयां, कंधा भी पागल हो गईयां। ते जी श्रोतियो, कहिंदे हुंदे आ गाउण वाले नूं तां जिन्ना चिर मर्जी लाई रखो ਉਹਦਾ ਕਦੇ ਜੀ ਨਹੀਂ ਕਰਦਾ ਹੁੰਦਾ ਸਟੇਜ ਛੱਡ ਕੇ ਜਾਣ ਨੂੰ, ਪਰ ਸਾਡੇ ਆਲੇ ਦੁਆਲੇ ਰੌਲਾ ਹੀ ਇੰਨਾ ਪੈ ਰਿਹਾ, ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਜ਼ਰੂਰ ਤੁਹਾਡੇ ਤੱਕ ਕੁਛ ਨਾ ਕੁਛ ਅਸੀਂ ਪਹੁੰਚਦਾ ਕਰੀਏ। ਅਤੇ ਹੁਣ ਮੈਂ ਰਾਜਕਰਨ ਕੋਲੋਂ ਪੁੱਛਦੀ ਹਾਂ ਵੀ ਹੁਣ ਅੱਗੇ ਕੀ ਸੁਣਾਵਾਂ। ਇੱਧਰਲੇ ਪਾਸੇ ਆ ਜਾ। ਪੰਜਾਬੀ ਰੇਡੀਓ USA ਦੇ ਸਾਰੇ ਹੀ ਵੈੱਬ ਚੈਨਲ ਦੇ ਉੱਤੇ ਜੁੜੇ ਹੋਇਆਂ ਨੂੰ, ਸਾਰਮ ਨੂੰ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਣੀ ਕਾਲੋਂ ਜੀ ਦੀ ਆਵਾਜ਼ ਦੇ ਵਿੱਚ ਆਪਾਂ ਬਹੁਤ ਹੀ ਖੂਬਸੂਰਤ ਗੀਤ ਦੇ ਜਿਹੜੇ ਕੁਛ ਮੁਖੜੇ ਆ ਆਪਾਂ ਉਹ ਸੁਣ ਰਹੇ ਸੀ, ਧਾਰਮਿਕ ਗੀਤ ਜਿਹੜੇ ਉਹਨਾਂ ਨੇ ਆਪਾਂ ਨੂੰ ਸੁਣਾਏ ਆ। ਸੋ ਰਾਣੀ ਕਾਲੋਂ ਜੀ, ਤੁਸੀਂ ਇਹ ਦੱਸੋ ਵੀ 2 ਸਾਲਾਂ ਬਾਅਦ ਜਿੱਦਾਂ ਤੁਸੀਂ ਵੀ ਗੱਲ ਕਰ ਰਹੇ ਸੀਗੇ ਵੀ ਹੁਣ ਉਤਸ਼ਾਹ ਆ, ਸੰਗਤਾਂ ਦਾ ਭਾਰੀ ਉਤਸ਼ਾਹ ਆ, ਕਿੱਦਾਂ ਦਾ ਮਹਿਸੂਸ ਹੋ ਰਿਹਾ ਆ ਵੀ 2 ਸਾਲਾਂ ਬਾਅਦ ਇਹ ਮੌਕਾ ਮਿਲਿਆ ਸਾਰਿਆਂ ਨੂੰ ਮਿਲਣ ਦਾ ਇੱਕ ਦੂਜੇ ਦੇ ਨਾਲ? ਹਾਂਜੀ, ਰਾਜਕਾਰਨ ਬਹੁਤ ਜ਼ਿਆਦਾ ਖੁਸ਼ੀ ਹੋਈ ਆ, ਕਿਉਂਕਿ 2 ਸਾਲ ਤੋਂ ਤਕਰੀਬਨ ਲੋਕ ਆਪਣੇ ਆਪਣੇ ਘਰਾਂ ਵਿੱਚ ਡੱਕੇ ਹੋਏ ਸੀ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਕੋਰੋਨਾ ਦਾ ਜਿਹੜਾ ਕਹਿਰ ਸੀ ਉਹ ਤੋਂ ਸਾਰੇ ਡਰਦੇ ਸੀ ਇੱਕ ਦੂਜੇ ਨੂੰ ਮਿਲਣ ਨੂੰ, ਇੱਕ ਦੂਜੇ ਦੇ ਘਰ ਜਾਣ ਨੂੰ, ਕਿਉਂਕਿ ਆਪਣੀ ਟੀਮ ਵੀ ਤਕਰੀਬਨ 2 ਸਾਲ ਤੋਂ ਬਾਅਦ ਹੀ ਮਿਲ ਰਹੀ ਆ। ਬਿਲਕੁਲ, ਕਿਉਂਕਿ ਆਪਾਂ ਇੱਕ ਦੂਜੇ ਦੇ ਕੋਲ ਜਾਣ ਨੂੰ ਵੀ ਪ੍ਰੋਗਰਾਮ ਵੀ ਪਰੇ ਪਰੇ ਹੋ ਕੇ ਕਰਦੇ ਡਰਦੇ ਮਾਰੇ। ਹਾਂਜੀ, ਇਸ ਕਰਕੇ ਹੁਣ ਜਿੰਨੀ ਇੱਥੇ ਸੰਗਤ ਆਈ ਹੋਈ ਆ, ਜਿੰਨੀ ਰੌਣਕ ਆ, ਅਤੇ ਬਹੁਤ ਚੰਗਾ ਲੱਗਦਾ ਆ ਕਿ ਵਾਕਈ ਪਰਮਾਤਮਾ ਦੀ, ਗੁਰੂਆਂ ਦੀ ਮਿਹਰ ਹੋਈ ਆ ਕਿ ਮੁੜ ਕੇ ਫਿਰ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸੋ ਬਿਲਕੁਲ ਜੀ, ਇੱਕ ਵਾਰੀ ਫਿਰ ਅਸੀਂ ਸਾਰੀ ਪੰਜਾਬੀ ਰੇਡੀਓ ਯੂਨੀਵਰਸਿਟੀ ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਯੂਬਾ ਸਿਟੀ ਦੇ ਜਿਹੜੇ ਇਸ ਨਗਰ ਕੀਰਤਨ ਦੀ 42ਵੇਂ ਸਾਲਾਨਾ ਨਗਰ ਕੀਰਤਨ ਦੀ ਲੱਖ ਲੱਖ ਵਧਾਈ ਦਿੰਦੇ ਹਾਂ, ਅਤੇ ਉਮੀਦ ਕਰਦੇ ਹਾਂ ਅਗਲੇ ਸਾਲ ਫਿਰ ਆਪਾਂ ਇੱਦਾਂ ਹੀ ਇਸੇ ਉਤਸ਼ਾਹ ਦੇ ਨਾਲ, ਇਹਨਾਂ ਰੌਣਕਾਂ ਦੇ ਨਾਲ ਸਾਰੀਆਂ ਸੰਗਤਾਂ ਨੂੰ ਫਿਰ ਦੁਬਾਰਾ ਮਿਲਾਂਗੇ। ਰਾਣੀ ਜੀ, ਇਹ ਆਪਣੀ ਆਵਾਜ਼ ਸਾਰਿਆਂ ਦੇ ਨਾਲ ਸਾਂਝੀ ਕਰਨ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਧੰਨ ਰਾਜਕਰਨ, ਪੰਜਾਬੀ ਰੇਡੀਓ USA ਦਾ ਵੀ ਬਹੁਤ ਬਹੁਤ ਧੰਨਵਾਦ, ਕਿਉਂਕਿ ਕਿਸੇ ਦੀ ਆਵਾਜ਼ ਲੋਕਾਂ ਤੱਕ ਤਦੇ ਪਹੁੰਚਦੀ ਆ ਜੇ ਕੋਈ ਉਹਨੂੰ ਮੰਚ ਮਿਲੇ ਤਾਂ, ਕਿਉਂਕਿ ਪੰਜਾਬੀ ਰੇਡੀਓ USA ਨੇ ਮੰਚ ਇਹ ਮੈਨੂੰ ਦਿੱਤਾ, ਤਕਰੀਬਨ 11 ਸਾਲ ਹੋ ਗਏ ਆ, ਅਤੇ ਇਹਦੇ ਜ਼ਰੀਏ ਹੀ ਆਪਾਂ ਲੋਕਾਂ ਦੇ ਰੂਬਰੂ ਹੁੰਦੇ ਹਾਂ, ਉਹਨਾਂ ਤੱਕ ਆਪਣੀ ਆਵਾਜ਼ ਪਹੁੰਚਦੀ ਆ, ਅਤੇ ਲੋਕਾਂ ਨੂੰ ਪਤਾ ਲੱਗਾ ਕਿ ਰਾਣੀ ਕਾਹਲੋਂ ਕੌਣ ਸੀ, ਕਿਉਂਕਿ ਕਾਫੀ ਚਿਰ ਹੋ ਗਿਆ, ਮੈਨੂੰ ਤਾਂ ਬਚਪਨ ਤੋਂ ਸ਼ੌਂਕ ਸੀ ਗਾਉਣ ਦਾ, ਪਰ ਮੈਂ ਕਦੀ ਇਸ ਤਰ੍ਹਾਂ ਲੋਕਾਂ ਦੇ ਰੂਬਰੂ ਹੋਈ ਨਹੀਂ ਸੀ, ਬਹੁਤ ਘੱਟ ਮੌਕਾ ਮਿਲਿਆ, ਅਤੇ ਪਰ ਹੁਣ ਹਰ ਇੱਕ ਬੱਚਾ ਬੱਚਾ ਜਾਣਦਾ, ਹਰ ਇੱਕ ਘਰ ਘਰ ਦੇ ਵਿੱਚ ਅਸੀਂ ਆਪਣੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ ਹੋਈ ਆ, ਕਿ ਲੋਕ ਸਾਨੂੰ ਰਾਤ ਦਿਨੇ ਸੁਣਦੇ ਆ, ਇੰਨਾ ਮਾਣ ਬਖਸ਼ਦੇ ਆ, ਅਤੇ ਮਨ ਨੂੰ ਬਹੁਤ ਖੁਸ਼ੀ ਵੀ ਮਿਲਦੀ ਆ, ਸਕੂਨ ਵੀ ਮਿਲਦਾ, ਚਲੋ ਇਹ ਆਵਾਜ਼ ਕਿਸੇ ਦੇ ਕੰਮ ਤਾਂ ਆਈ। ਹਾਂਜੀ, ਸੋ ਬਿਲਕੁਲ, ਸੋ ਬਹੁਤ ਬਹੁਤ ਧੰਨਵਾਦ, ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਹਾਂਜੀ, ਓਕੇ ਜੀ, ਸਾਰਿਆਂ ਨੂੰ ਫਿਰ ਇੱਕ ਵਾਰੀ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ, ਜਿੱਥੇ ਜਿੱਥੇ ਪੰਜਾਬੀ ਰੇਡੀਓ USA ਦੀ ਆਵਾਜ਼ ਪਹੁੰਚਦੀ ਆ, ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ, ਅਤੇ ਫਿਰ ਅਗਲੇ ਸਾਲ ਨੂੰ ਇਸੇ ਤਰ੍ਹਾਂ ਮਿਲੀਏ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ, ਲੰਮੀਆਂ ਉਮਰਾਂ ਬਖਸ਼ੇ, ਅਤੇ ਤੁਸੀਂ ਇਸੇ ਤਰ੍ਹਾਂ ਸਾਨੂੰ ਮਾਣ ਬਖਸ਼ਦੇ ਰਹੋ ਜੀ, ਅਤੇ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।